ਤੇ ਹੁਣ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਦੀ। ਪ੍ਰਧਾਨ ਮੰਤਰੀ ਨੇ 19ਵੀਂ ਵਾਰ ਦੇਸ਼ ਨਾਲ ਮਨ ਕੀ ਬਾਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਵਾਰ ਕਈ ਸੂਬਿਆਂ 'ਚ ਪਏ ਸੋਕੇ ਤੇ ਫਿਕਰ ਜਤਾਈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਪਿੰਡਾਂ ਦੇ ਵਿਕਾਸ ਤੇ ਜ਼ੋਰ ਦਿੱਤਾ। ਬਾਹਰ ਕੀ ਭਯੰਕਰ ਗਰਮੀ ਨੇ 19ਵੀਂ ਵਾਰ ਮਨ ਕੀ ਬਾਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਭ ਤੋਂ ਜ਼ਿਆਦਾ ਧਿਆਨ ਜਲ ਸੰਕਟ ਤੇ ਰਿਹਾ। ਉਹਨਾਂ ਨੇ ਆਮ ਨਾਗਰਿਕਾਂ ਨੂੰ ਪਾਣੀ ਬਚਾਉਣ ਦੀ ਅਪੀਲ ਕੀਤੀ। ਰੇਡੀਓ ਤੇ ਆਪਣੇ ਖਾਸ ਪ੍ਰੋਗਰਾਮ ਮਨ ਕੀ ਬਾਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਨਿਆ ਕਿ ਸੋਕਾ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਇਸ ਨਾਲ ਨਿਪਟਣ ਦੇ ਲਈ ਕਰੜੇ ਕਦਮ ਚੁੱਕਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਕੇ ਨੂੰ ਲੈ ਕੇ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਵੀ ਤਾਰੀਫ ਕੀਤੀ। ਨਾਲ ਹੀ ਸਮੱਸਿਆ ਨੂੰ ਗੰਭੀਰ ਚੁਣੌਤੀ ਮੰਨਦੇ ਹੋਏ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਲਾਤੂਰ 'ਚ ਟ੍ਰੇਨ ਤੋਂ ਪਾਣੀ ਪਹੁੰਚਾਉਣ ਦੀ ਪਹਿਲ ਦੀ ਵੀ ਜਮ ਕੇ ਤਾਰੀਫ ਕੀਤੀ। ਆਪਣੀ ਖਮਤਾ ਸੇ ਕਾਫੀ ਕਮ ਪਾਣੀ ਸੰਗ੍ਰਹਿਤ ਕਰ ਜਬ ਭਾਰਤ ਸਰਕਾਰ ਰੇਲਵੇ ਸੇ ਪਾਣੀ ਲਾਤੂਰ ਪਹੁੰਚਾਤੀ ਹੈ ਤੋ ਦੁਨੀਆ ਕੇ ਲੀਏ ਵੋ ਇੱਕ ਖਬਰ ਬਣ ਜਾਤੀ ਹੈ। ਇਹ ਬਾਤ ਸਹੀ ਹੈ, ਜਿਸ ਤੇਜ਼ੀ ਸੇ ਰੇਲਵੇ ਨੇ ਕਾਮ ਕੀਆ ਵੋ ਬਧਾਈ ਕੇ ਪਾਤਰ ਤੋ ਹੈ, ਲੇਕਿਨ ਵੋ ਗਾਂਵ ਵਾਲੇ ਵੀ ਉਤਨੇ ਹੀ ਬਧਾਈ ਕੇ ਪਾਤਰ ਹੈ। ਮੈਂ ਤੋ ਕਹੂੰਗਾ ਉਸਸੇ ਵੀ ਜ਼ਿਆਦਾ ਬਧਾਈ ਕੇ ਪਾਤਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਾਮ ਉਦੇ ਤੋਂ ਭਾਰਤ ਉਦੇ ਪ੍ਰੋਗਰਾਮ ਦੀ ਤਾਰੀਫ ਕੀਤੀ ਅਤੇ ਪੰਚਾਇਤੀ ਰਾਜ ਵਿਵਸਥਾ ਨੂੰ ਦੇਸ਼ ਦੇ ਲੋਕਤੰਤਰ ਦੇ ਲਈ ਅਹਿਮ ਦੱਸਦੇ ਹੋਏ ਕਿਹਾ ਕਿ ਪਿੰਡ ਦੀ ਪੰਚਾਇਤ ਦਾ ਮਹੱਤਵ ਦੇਸ਼ ਦੀ ਸੰਸਦ ਤੋਂ ਘੱਟ ਨਹੀਂ ਹੈ। ਅੱਜ ਧੀਰੇ ਧੀਰੇ ਪੂਰੇ ਦੇਸ਼ ਮੈਂ ਪੰਚਾਇਤੀ ਰਾਜ ਵਿਵਸਥਾ ਹਮਾਰੀ ਲੋਕਤਾਂਤਰਿਕ ਰਾਜ ਵਿਵਸਥਾ ਕੀ ਇੱਕ ਮਹੱਤਵਪੂਰਨ ਇਕਾਈ ਕੇ ਰੂਪ ਮੈਂ ਸਫਲਤਾਪੂਰਵਕ ਕਾਰਜ ਕਰ ਰਹਾ ਹੈ। ਇਹੀ ਨਹੀਂ, ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਵਿੱਚ ਗੈਸ ਸਬਸਿਡੀ ਛੱਡਣ ਵਾਲੇ ਤਕਰੀਬਨ 1 ਕਰੋੜ ਲੋਕਾਂ ਦੀ ਤਾਰੀਫ ਕੀਤੀ ਅਤੇ ਨਾਲ ਹੀ ਪ੍ਰਧਾਨ ਮੰਤਰੀ ਨੇ ਬੱਚਿਆਂ ਦੀ ਚੰਗੀ ਸਿੱਖਿਆ ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੱਚਿਆਂ ਦੇ ਮਾਤਾ ਪਿਤਾ ਬੱਚਿਆਂ ਤੋਂ ਸਕੂਲ ਦੀਆਂ ਗਤੀਵਿਧੀਆਂ ਦੇ ਬਾਰੇ ਵਿੱਚ ਗੱਲ ਕਰਨ ਅਤੇ ਪੁੱਛਣ ਕਿ ਸਕੂਲ ਵਿੱਚ ਕੀ ਸਿੱਖਿਆ। ਜਿੰਨਾ ਮਹੱਤਵ ਨਿਊਜ਼ ਡੈਸਕ ਰਿਪੋਰਟ ਜ਼ੀ ਮੀਡੀਆ ਉਸੇ ਵੀ ਜ਼ਿਆਦਾ ਮਹੱਤਵ ਹਮਾਰੀ ਸਿੱਖਿਆ ਮੈਂ ਸੁਧਾਰ ਕਾ ਹੈ ਵਿਸਤਾਰ ਕਾ ਇੱਕ ਬਹੁਤ ਬੜਾ।